ਸਤਸਰੀਕਾਲ ਜੀ ਜੀ ਆਇਆਂ ਮੇਰੇ ਚੈਨਲ ਫਰੋਂਟਿਸਟਰੀ ਤੇ ਅੱਜ ਮੈਂ ਇੱਕ ਹੌਲ ਵੀਡੀਓ ਲੈ ਕੇ ਆਈ ਹਾਂ ਤੁਹਾਡੇ ਲਈ। ਮੈਂ ਬਹੁਤ ਟਾਈਮ ਤੋਂ ਸੋਚ ਰਹੀ ਸੀਗੀ ਕਿ ਹੌਕ ਮੇਕਅਪ ਜਾਂ HOK ਮੇਕਅਪ ਦੇ ਬਾਰੇ ਕਿ ਆਰਡਰ ਕਰਾਂ ਕਿ ਨਹੀਂ, ਬਿਕਾਜ਼ ਇਹਨਾਂ ਦੀ ਵੈਬਸਾਈਟ ਇੰਟਰਨੈਸ਼ਨਲ ਬ੍ਰਾਂਡਸ ਦੇ ਚੰਗੇ ਡਿਸਕਾਊਂਟਸ ਦਿੰਦੀ ਹੈ। ਬਟ ਫਰੈਂਕਲੀ ਸਪੀਕਿੰਗ, ਮੈਨੂੰ ਜ਼ਿਆਦਾ ਰਿਵਿਊਜ਼ ਨਹੀਂ ਮਿਲੇ ਸੀਗੇ ਲਾਸਟ ਈਅਰ ਇਹਨਾਂ ਦੀ ਸਰਵਿਸ ਦੇ ਬਾਰੇ, ਤਾਂ ਇਸ ਕਰਕੇ ਥੋੜ੍ਹੀ ਮੈਂ ਰੁਕੀ ਹੋਈ ਸੀ। ਹੁਣ ਕਾਫੀ ਲੋਕ ਇਹਨਾਂ ਦੀ ਸਰਵਿਸ ਤੋਂ ਖੁਸ਼ ਨੇ, ਸੋ ਫਾਈਨਲੀ ਮੈਂ ਆਰਡਰ ਪਲੇਸ ਕਰ ਹੀ ਦਿੱਤਾ ਐਂਡ ਮੇਰਾ ਫਸਟ ਟਾਈਮ ਹੌਕ ਮੇਕਅਪ ਦਾ ਐਕਸਪੀਰੀਅੰਸ ਚੰਗਾ ਰਿਹਾ। ਨਾਓ ਪੈਕੇਜਿੰਗ ਦੀ ਗੱਲ ਕਰਾਂ ਤਾਂ ਦੂਜੀਆਂ ਕੰਪਨੀਆਂ ਦੀ ਤਰ੍ਹਾਂ ਤੁਹਾਨੂੰ ਆਊਟਰ ਕਾਰਡਬੋਰਡ ਬਾਕਸ ਮਿਲਦਾ ਹੈ ਐਂਡ ਅੰਦਰ ਤੁਹਾਡੇ ਪ੍ਰੋਡਕਟਸ ਨੂੰ ਪਲਾਸਟਿਕ ਬੱਬਲ ਰੈਪ 'ਚ ਸੇਫਲੀ ਸਿਕਿਓਰ ਕੀਤਾ ਜਾਂਦਾ ਹੈ। ਸੋ ਓਵਰਆਲ ਪੈਕੇਜਿੰਗ 'ਚ ਕੋਈ ਕੰਜੂਸੀ ਨਹੀਂ ਕੀਤੀ ਇਹਨਾਂ ਨੇ। ਬਟ ਮੈਨੂੰ ਇੱਕ ਚੀਜ਼ ਚੰਗੀ ਨਹੀਂ ਲੱਗੀ, ਉਹ ਹੈ ਕਿ ਆਊਟਰ ਕਾਰਡਬੋਰਡ ਬਾਕਸ 'ਤੇ ਚੀਜ਼ਾਂ ਦਾ ਨਾਂ ਐਂਡ ਪ੍ਰਾਈਸ ਮੈਂਸ਼ਨ ਹੋਣਾ ਥੋੜ੍ਹਾ ਜਿਹਾ ਪ੍ਰਾਈਵੇਸੀ ਦੇ ਲਿਹਾਜ਼ ਨਾਲ ਚੰਗੀ ਗੱਲ ਨਹੀਂ ਹੈ। ਕਈ ਵਾਰੀ ਆਪਾਂ ਕਰੇ ਨਹੀਂ ਹੁੰਦੇ ਤਾਂ ਆਂਡਿਆਂ ਗਵਾਂਢੀਆਂ ਨੂੰ ਕਲੈਕਟ ਕਰਨ ਲਈ ਆਪਾਂ ਕਹਿ ਦਿੰਦੇ ਹਾਂ। ਸੋ ਫਿਰ ਇਸ ਕੇਸ 'ਚ ਤੁਸੀਂ ਜੋ ਮੰਗਵਾਇਆ ਸਭ 'ਤੇ ਪ੍ਰਾਈਸਿਸ ਐਂਡ ਨੇਮਸ ਰਿਵੀਲ ਹੋ ਜਾਂਦੇ ਨੇ, ਜੋ ਕਿ ਤੁਸੀਂ ਨਹੀਂ ਚਾਹੋਗੇ। ਭਾਵੇਂ ਮੇਕਅਪ ਵੀ ਹੋਵੇ, ਕਿਉਂ ਕਿਸੇ ਹੋਰ ਨੂੰ ਦੱਸਣਾ ਕਿ ਅਸੀਂ ਕੀ ਮੰਗਵਾਇਆ ਜਾਂ ਕਿੰਨੇ ਦਾ। ਸੋ ਬਸ ਇਹ ਬੇਨਤੀ ਹੈ ਹੌਕ ਮੇਕਅਪ ਵਾਲਿਆਂ ਤੋਂ ਕਿ ਸਾਡੇ ਪ੍ਰੋਡਕਟਸ ਦੀ ਡਿਟੇਲ ਨਾ ਰਿਵੀਲ ਕਰਨ। ਐਨੀਵੇਜ਼, ਚਲੋ ਮੈਂ ਦਿਖਾਉਂਦੀ ਹਾਂ ਕਿ ਮੈਂ ਕੀ ਮੰਗਵਾਇਆ। ਮੈਂ ਮੰਗਵਾਇਆ ਵੈਟ ਐਂਡ ਵਾਈਲਡ ਦਾ ਫੋਟੋਫੋਕਸ ਫਾਊਂਡੇਸ਼ਨ, ਸ਼ੇਡ ਦਾ ਨਾਂ ਹੈ ਸੋਫਟ ਪੇਜ। ਇਹਦੀ MRP ਹੈ 599 ਰੁਪੀਸ ਐਂਡ ਆਫਟਰ ਡਿਸਕਾਊਂਟ ਮੈਨੂੰ ਇਹ 300 ਦਾ ਪਿਆ। ਸਟਰਡੀ ਕੱਚ ਦੀ ਬੋਟਲ ਹੈ ਇਹਦੀ। ਅਤੇ ਨੈਕਸਟ ਮੈਂ W7 ਬ੍ਰਾਂਡ ਦਾ ਬ੍ਰੌਨਸ ਐਂਡ ਗਲੋ ਮੰਗਵਾਇਆ। ਇਹਦੇ 'ਚ ਬ੍ਰੌਨਜ਼ਰ ਦੇ ਨਾਲ ਸਾਈਡ 'ਤੇ ਇੱਕ ਹਾਈਲਾਈਟਰ ਵੀ ਗਿਵਨ ਹੈ। ਇਹਦੀ MRP ਹੈ ₹675 ਐਂਡ ਆਫਟਰ ਡਿਸਕਾਊਂਟ ਮੈਨੂੰ ਇਹ 337 ਦਾ ਪਿਆ। ਇਹ ਦੋਨੋਂ ਹੀ ਬ੍ਰਾਂਡਸ ਇੰਟਰਨੈਸ਼ਨਲੀ ਰਿਪਿਊਟਡ ਅਮੈਰੀਕਨ ਮੇਕਅਪ ਬ੍ਰਾਂਡਸ ਨੇ ਅਤੇ ਆ ਦੋਵੇਂ ਹੀ ਕ੍ਰੂਅਲਟੀ ਫ੍ਰੀ ਨੇ, ਦੈਟ ਇਜ਼ ਦੋਵੇਂ ਐਨੀਮਲਸ 'ਤੇ ਟੈਸਟ ਨਹੀਂ ਕਰਦੇ। ਸੋ ਇਹ ਸੀਗੀ ਮੇਰੀ ਛੋਟੀ ਜਿਹੀ ਫਸਟ ਇੰਪ੍ਰੈਸ਼ਨ ਔਨ ਹੌਕ ਮੇਕਅਪ ਵੈਬਸਾਈਟ, ਦੈਟ ਇਜ਼ ਮੈਨੂੰ ਕਿਵੇਂ ਲੱਗਿਆ ਪਹਿਲੀ ਵਾਰੀ ਹੌਕ ਮੇਕਅਪ ਵੈਬਸਾਈਟ ਨੂੰ ਟਰਾਈ ਕਰਕੇ। ਪੇਮੈਂਟਸ ਤੁਸੀਂ ਵਾਲਿਟ ਤੋਂ ਜਾਂ ਕੈਸ਼ ਔਨ ਡਿਲੀਵਰੀ ਵੀ ਟਰਾਈ ਕਰ ਸਕਦੇ ਹੋ। ਫ੍ਰੀ ਸ਼ਿਪਿੰਗ ਦੇ ਲਈ ਤੁਹਾਨੂੰ ਘੱਟ ਤੋਂ ਘੱਟ 600 ਰੁਪਏ ਦਾ ਸਮਾਨ ਮੰਗਵਾਉਣਾ ਪੈਣਾ। ਕੈਸ਼ ਔਨ ਡਿਲੀਵਰੀ ਦਾ ਆਪਸ਼ਨ ਜੇ ਤੁਸੀਂ ਚੂਜ਼ ਕਰਦੇ ਹੋ ਤਾਂ ਤੁਹਾਨੂੰ ਸੈਪਰੇਟ ਚਾਰਜਿਸ ਦੇਣੇ ਪੈਣੇ ਆ। ਸੋ ਉਮੀਦ ਹੈ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਹੋਗੀ। ਅਗਲੀ ਵੀਡੀਓ 'ਚ ਮਿਲਦੇ ਹਾਂ, ਤਾਂ ਤੱਕ ਲਈ ਪਲੀਜ਼ ਬੇਨਤੀ ਆ ਕਿ ਸਬਸਕ੍ਰਾਈਬ ਕਰ ਦਿਉ ਯਾਰ, ਬਿਲਕੁਲ ਫ੍ਰੀ ਹੈ, ਜਸਟ ਸਬਸਕ੍ਰਾਈਬ ਬਟਨ ਨੂੰ ਕਲਿੱਕ ਕਰਿਓ। ਚਲੋ ਜੀ, ਰੱਬ ਰੱਖਾ, ਸਤਿ ਸ਼੍ਰੀ ਅਕਾਲ।